ਰੱਬ ਦਾ ਬਾਬਾ ਮੈਂ ਰੁੱਲ ਗਈਆਂ ਤੜਾ ਸੀਨਾ ਨਹੀਂ ਰੱਬ ਦਾ ਬਾਬਾ ਮੈਂ ਰੁੱਲ ਗਈਆਂ ਤੜਾ ਸੀਨਾ ਨਹੀਂ ਰੱਬ ਦਾ ਬਾਬਾ ਮੈਂ ਰੁੱਲ ਗਈਆਂ ਬਾਬਾ ਮੈਂ ਰੁੱਲ ਗਈਆਂ ਬਾਬਾ ਮੈਂ ਰੁੱਲ ਗਈਆਂ ਬਾਬਾ ਮੈਂ ਰੁੱਲ ਗਈਆਂ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਬਾਬਾ ਮੈਂ ਰੁੱਲ ਗਈਆਂ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੜਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਰੁੱਲ ਗਈਆਂ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੜਾ ਸੀਨਾ ਨਹੀਂ ਲੱਭਦਾ ਤੜਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੜਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਲੱਗਦੇ ਹਾਏ ਦੁਲ ਮੈਂ ਬਾਬਾ ਮੈਂ ਰੁੱਲ ਗਈਆਂ ਤੜਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈ
ਬੋਲੋ ਜੀ ਬਾਬਾ ਮੈਂ ਜੁਗਿਆ ਭੁੱਲ ਗਈਆ ਤਣਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਭੁੱਲ ਗਈਆ ਤਣਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਭੁੱਲ ਚਲੀਆ ਮੈਂ ਕੋਲ ਖਲੋ ਕੇ ਦੇਂਦੀ ਜਿਹੜਾ ਗੱਲ ਤੈਡੇ ਦਰਬਾਰ ਚਲੀਆ ਮੈਂ ਕੋਲ ਖਲੋ ਕੇ ਦੇਂਦੀ ਨਹੀਂ ਮਿਲਿਆ ਸਰ ਤੈਡਾ ਨਹੀਂ ਮਿਲਿਆ ਸਰ ਤੈਡਾ ਤਰਲੇ ਕਰਦੀ ਰਹੀਆ ਜਿਹੜਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਇੰਜ ਲੱਥੇ ਹਾਏ ਤੋਰੇ ਮੈਂਡੇ ਇੰਜ ਲੱਥੇ ਹਾਏ ਤੋਰੇ ਮੈਂਡੇ ਤੇ ਕੋਰੋਣਾ ਭੁੱਲ ਗਈਆਂ ਸੀਨਾ ਬਾਬਾ ਮੈਂ ਰੁੱਲ ਗਈਆਂ ਖੀਰ ਨਾਲ ਖਾਣ ਲੱਗਾ ਬਾਬਾ ਮੈਂ ਰੁੱਲ ਗਈਆਂ ਨਹੀਂ ਭੁੱਲੀਆਂ ਜਿਹੜੇ ਕਾਸ਼ ਮਰਦੀਆਂ ਨਾਲ ਦਰਬਾਰ ਤੇਰੇ ਹਜ਼ਰਦੀਆਂ ਇੰਜ ਪੈਦਲ ਮੈਂ ਟੁਰੀਆਂ ਇੰਜ ਪੈਦਲ ਮੈਂ ਟੁਰੀਆਂ ਮੇਰੀਆਂ ਕਲੀਆਂ ਭੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ 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 ਗਈਆਂ ਨਹੀਂ ਭੁੱਲੀਆਂ ਜਿਹੜੇ ਕਾਸ਼ ਮਰਦੀਆਂ ਨਾਲ ਦਰਬਾਰ ਤੇਰੇ ਹਜ਼ਰਦੀਆਂ ਨਹੀਂ ਭੁੱਲੀਆਂ ਜਿਹੜੇ ਕਾਸ਼ ਮਰਦੀਆਂ ਨਾਲ ਦਰਬਾਰ ਤੇਰੇ ਹਜ਼ਰਦੀਆਂ ਇੰਜ ਪੈਦਲ ਮੈਂ ਟੁਰੀਆਂ ਇੰਜ ਪੈਦਲ ਮੈਂ ਟੁਰੀਆਂ ਮੇਰੀਆਂ ਕਲੀਆਂ ਭੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਬੁਰਾਣਾ ਭੁੱਲ ਗਈਆਂ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ 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 ਬਾਬਾ ਮੈਂ ਰੁੱਲ ਗਈਆਂ ਬਾਬਾ ਮੈਂ ਰੁੱਲ ਗਈਆਂ
ਲੈਟ ਹੈ ਵੇ ਮੈਂ ਕਰ ਸਜਾਦ ਦੇ ਵਾਂਗੂ ਬਾਕਰੀ ਵੀ ਦਰਬਾਰ ਦੀ ਪੇਸ਼ੀਆਂ ਨਹੀਂ ਬੁਲਿਆ ਸਜਾਦ ਦੇ ਵਾਂਗੂ ਬਾਕਰੀ ਵੀ ਦਰਬਾਰ ਦੀ ਪੇਸ਼ੀਆਂ ਨਹੀਂ ਬੁਲਿਆ ਬਜਾਓ ਮੈਂ ਕੋੜ ਬਸਾਲ ਜਹਾਂ ਪੀਆਂ ਨੇ ਤੰਗ ਕੋੜ ਬਸਾਲ ਜਹਾਂ ਪੀਆਂ ਕੂਪੇ ਦੀਆਂ ਗੱਲੀਆਂ
सजाद देवानों बाकर भी दरबार पेशियां नहीं बुलिया सजाद देवानों बाकर भी दरबार पेशियां नहीं दरबार पेशियां नहीं बुलिया सजाद देवानों बाकर दरबार पेशियां नहीं बुलिया सजाद देवानों बाकर भी 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 दरबार पेशियां नहीं बुलिया सजाद देवानों बाकर दरबार पेशियां नहीं बुलिया सजाद देवानों बाकर दरबार पेशियां नहीं बुलिया सजाद देवानों ना बादशाह ना बादशाह बिल्कुल ना बल्ला पूछ दीदा पूछ कौन कौन है ये और के लिए खाना ये खान उसे के ताऊ ना बादशाह दरबार दी पेशियां नहीं बुलिया देवानों बाकर भी दरबार दी पेशियां नहीं बुलिया
ਇੱਕ ਸਾਂਗ ਤੇ ਚਾਦਰ ਲੈ ਨਬਜੀ ਇੱਕ ਸਾਂਗ ਤੇ
ਹੈਗਾ مہمان نوازی وچ امت مہمان نوازی وچ امت پتراں دا مینہ برسایا قرآن شرافت دا لوگو جدا وچ بازار دے آیا شرافت دا لوگو جدا وچ بازار دے آیا قرآن شرافت دا لوگو جدا وچ بازار دے آیا قرآن شرافت دا لوگو جدا وچ بازار دے آیا قرآن شرافت دا لوگو جدا وچ بازار دے آیا قرآن شرافت دا لوگو جدا وچ بازار دے آیا شبیر دسینے دی مر گئی زینت شبیر دسینے دی دلدان چ روندی مر گئی اونوں میلے چولے وچ آپ غربت وچ دفنایا قرآن شرافت دا لوگو جڑا وچ بازار دے آیا قرآن شرافت دا لوگو جڑا وچ بازار دے آیا او مہمان نوازی وچ امت مہمان نوازی وچ امت پتراں دا مینہ برسایا قرآن شرافت دا لوگو بازار زینب نو ٹورن دار چل مل جا سارے ایک بار بنا لیں باہر کرنا
I'm gonna go.
ਸਾਹਮਣੇ ਕਰ ਚਾਦਰ ਲਾਵਣ ਆ ਗਏ ਨਿਗਾਲੀ ਮੈਂ ਦਰਦਾਂ ਮਾਰੀ ਆ ਚਾਦਰ ਲਾਵਣ ਆ ਗਏ ਮੈਂ ਦਰਦਾਂ ਮਾਰੀ ਆ ਚਾਦਰ ਲਾਵਣ ਆ ਗਏ ਚਾਦਰ ਲਾਵਣ ਆ ਆਯਾਮ ਦੇ ਪਾਸ ਆਵਣ ਦੀ ਧਨ ਜੀਤ ਨਾ ਕੈ ਜੁਰਤ ਕੀਤੀ ਆਯਾਮ ਦੇ ਪਾਸ ਆਵਣ ਦੀ ਹਏ ਬਾਜ ਤੇ ਸਾਧਾਨੀ ਹਏ ਬਾਜ ਤੇ ਸਾਧਾਨੀ ਪਾਸ ਕੇ ਸਜਾਵਣ ਲਾਗੇ ਕਾਲੀ ਮੈਂ ਦਰਦਾਂ ਮਾਰੀ ਚਾਦਰ ਲਾਵਣ ਲਾਗੇ ਸਰ ਤੇਰੇ ਦਾ ਕੋਈ ਨਹੀਂ ਮਸੂਬ ਪੜਦਾ ਚੰਡੇ ਸਰ ਤੇਰੇ ਦਾ ਕੋਈ ਨਹੀਂ ਮਸੂਬ ਬਾਪ ਪੜਦਾ ਚੰਡੇ ਸਰ ਤੇਰੇ ਦਾ ਕੋਈ ਨਹੀਂ ਮਸੂਬ ਬਾਪ ਪੜਦਾ ਚੰਡੇ ਸਰ ਤੇਰੇ ਦਾ ਕੋਈ ਨਹੀਂ ਸਰ ਤੇਰੇ
ਮਿਲਦਾ ਕੋਈ ਨਹੀਂ ਹਜ਼ੂਰ ਖਾਬ ਕੜਦਾ ਤੇਰੇ ਸਰ ਤੇ ਮਿਲਦਾ ਕੋਈ ਨਹੀਂ ਗੁਜ਼ਾਰ ਵਿੱਚ ਹਾਕ ਪਾ ਦੇਣਾ ਗੁਜ਼ਾਰ ਵਿੱਚ ਹਾਕ ਪਾ ਦੇਣਾ ਇਹ ਤੂੰ ਮਤ ਤੋਂ ਹਯਾ ਕੋਈ ਨਹੀਂ ਮਜ਼ੂਰ ਖਾਬ ਕੜਦਾ ਤੇਰੇ ਸਰ ਤੇ ਮਿਲਦਾ ਕੋਈ ਨਹੀਂ ਮਜ਼ੂਰ ਖਾਬ ਕੜਦਾ ਸਰ ਤੇਰਦਾ ਕੋਈ ਨਹੀਂ ਮਸੂਰ ਕਾਫ ਪੜਦਾ ਕੰਡੇ ਸਰ ਤੇਰਦਾ ਕੋਈ ਨਹੀਂ ਮਸੂਰ ਕਾਫ ਪੜਦਾ ਕੰਡੇ ਸਰ ਤੇਰਦਾ ਕੋਈ ਨਹੀਂ ਨਹੀਂ ਤੇ ਜ਼ੁਲਮ ਕਰ ਜ਼ਾਲਮ ਵਿੱਚ ਬਾਜ਼ਾਰ ਵੈਂਦੀਆਂ ਨਹੀਂ ਤੇ ਜ਼ੁਲਮ ਕਰ ਜ਼ਾਲਮ ਵਿੱਚ ਬਾਜ਼ਾਰ ਵੈਂਦੀਆਂ ਮੇਰਾ ਬਿਮਾਰ ਬਚੜਾ ਏ ਮੇਰਾ ਬਿਮਾਰ ਬਚੜਾ ਏ ਮੇਰਾ ਇੰਦੇ ਸਿਵਾ ਕੋਈ ਨਹੀਂ ਮਜ਼ੂਰ ਕਾਫ ਪੜਦਾ ਸੰਡੇ ਸਰ ਤੇਰਦਾ ਕੋਈ ਨਹੀਂ ਮਜ਼ੂਰ ਕਾਫ ਪੜਦਾ ਮਜ਼ੂਰ ਕਾਫ ਪੜਦਾ ਸਰ ਤੇਰਦਾ ਕੋਈ ਨਹੀਂ ਮਸੂਰ ਕਾਫ ਪੜਦਾ ਸਰ ਤੇਰਦਾ ਕੋਈ ਨਹੀਂ ਮਸੂਰ ਕਾਫ ਪੜਦਾ ਚੰਡੇ ਸਰ ਤੇਰਦਾ ਕੋਈ ਨਹੀਂ ਮਸੂਰ ਕਾਫ ਪੜਦਾ ਚੰਡੇ ਸਰ ਤੇਰਦਾ ਕੋਈ ਨਹੀਂ ਮਸੂਰ ਕਾਫ ਪੜਦਾ ਚੰਡੇ ਸਰ ਤੇਰਦਾ ਕੋਈ ਨਹੀਂ ਕੋਈ ਨਹੀਂ ਤੂੰ ਸਾਰੇ ਵਿੱਚ ਹਾਕ ਪਾ ਦੇਣਾ ਤੂੰ ਸਾਰੇ ਵਿੱਚ ਹਾਕ ਪਾ ਦੇਣਾ ਸੂਮਤ ਨੂੰ ਹਯਾ ਕੋਈ ਨਹੀਂ ਮਸੂਰ ਕਾਫ ਪੜਦਾ ਚੰਡੇ ਸਰ ਤੇਰਦਾ ਕੋਈ ਨਹੀਂ ਮਸੂਰ ਕਾਫ ਪੜਦਾ ਚੰਡੇ ਸਰ ਤੇਰਦਾ ਕੋਈ ਨਹੀਂ ਮਸੂਰ ਕਾਫ ਪੜਦਾ ਕੋਈ ਨਹੀਂ ਤੂੰ ਸਾਰੇ ਵਿੱਚ ਹਾਕ ਪਾ ਦੇਣਾ ਤੂੰ ਸਾਰੇ ਵਿੱਚ ਹਾਕ ਪਾ ਦੇਣਾ ਇਹ ਸੂਮਤ ਨੂੰ ਹਯਾ ਕੋਈ ਨਹੀਂ ਮਸੂਰ ਕਾਫ ਪੜਦਾ ਤੇਰੇ ਸਰ ਤੇਰਦਾ ਕੋਈ ਨਹੀਂ ਮਸੂਰ ਕਾਫ ਪੜਦਾ ਕੰਡੇ ਸਰ ਤੇਰਦਾ ਕੋਈ ਨਹੀਂ ਮਸੂਰ ਕਾਫ ਪੜਦਾ ਚੰਡੇ ਸਰ ਤੇਰਦਾ ਕੋਈ ਨਹੀਂ ਮਸੂਰ ਕਾਫ ਪੜਦਾ ਚੰਡੇ ਸਰ ਤੇਰਦਾ ਕੋਈ ਨਹੀਂ ਮਸੂਰ ਕਾਫ ਕੋਈ ਨਹੀਂ ਤੂੰ ਸਾਰੇ ਵਿੱਚ ਹਾਕ ਪਾ ਦੇਣਾ ਤੂੰ ਸਾਰੇ ਵਿੱਚ ਹਾਕ ਪਾ ਕੋਈ ਨਹੀਂ ਮਸੂਰ ਕਾਫ ਪੜਦਾ ਚੰਡੇ ਸਰ ਤੇਰਦਾ ਕੋਈ ਨਹੀਂ ਮਸੂਰ ਕਾਫ ਪੜਦਾ ਚੰਡੇ ਸਰ ਤੇਰਦਾ ਕੋਈ ਨਹੀਂ ਮਸੂਰ ਕਾਫ ਪੜਦਾ ਚੰਡੇ ਸਰ ਤੇਰਦਾ ਹਾਏ ਲੋਗੋ ਯੇ ਕਾਰਵਾਨ ਸਕੀਨਾ ਵਿਛੜ ਗਈ
جتنے برادران نے آج کی ماتمداری میں آج کی سزاداری میں حصہ لیا سب کو سزا فردن فرد سب کی توفیق عطا خیر میں اضافہ فرمائے سب کو رزق حلال رزق وسیع نصیب فرمائے سزاداری کے جتنے بانیان اس دنیا سے جا چکے ہیں اس کا اجر و ثواب ان کی روح کو عطا فرمائے مالک ان کے درجات کو بلندی عطا فرمائے ان کی مغفرت فرمائے ان کو اللہ علی جین کے ساتھ معشور فرمائے میرے مولا یہ سامنے جتنے چہرے نظر آ رہے ہیں ان کے دلوں میں جو بھی شرعی حاجات ہیں مالک اپنی پاک بارگاہ علیہ میں قبول و منظور فرمائے مالک اس مجلس سے اذا کے جتنے بانیان زندہ ہیں ان کی جو بھی نیک خواہشات میں اپنی بر شریعت کو پوری فرما محمد و آل محمد کے صدقہ حاضرین کی دلی شرعی حاجات کو قبول و منظور فرما بیمار مومن و مومنات کی شفائے کو عملہ عجل آتا تھا مالک مالک دو جہان محمد و آل محمد کے صدقہ جتنے مقروض مومن و مومنات ہیں ان کو قرضہ ادا کرنے کی توفیق عطا فرما جو بے اولاد ہیں ان کو اولاد رضینہ عطا فرما خصوصاً خصوصاً کسی کے بارے میں کہا جا رہا ہے مالک
جو برادر بے اولاد ہیں ان کو اولاد دینا اولاد صالح عطا فرما. مالک بیمار کربلا کا واسطہ ہے, ہماری پھپھو بیمار ہے, مالک دو جہان میں صحت و تندرستی عطا فرما. مجھے میرے والد بزرگوار کو اور جتنے بیمار مومن و مومنات ہیں سب کو شفا کلی عطا فرما, شفا کاملہ عاجلہ عطا فرما. مالک کے دو جہان جتنے برادران و خاخان پورے سال میں دعائیں ذمے لگاتے ہیں ان کی دعاؤں کو پورا فرما. مالک محمد و آل محمد کے صدقے میں تمام برادران کی دعاؤں کو پورا فرما. مالک محمد و آل محمد کا صدقہ اس بستی پر رحم و کرم فرما, اس بستی میں رہنے والوں کو اتحاد و اتفاق نصیب فرما. ہم سب کو مل جل کے محمد و آل محمد کا ذکر کرنے کی توفیق عطا فرما, مل جل کے رہنے کی توفیق عطا فرما, ایک دوسرے کے غم میں شریک ہونے کی توفیق عطا فرما. محمد و آل محمد کا صدقہ ہماری دعاؤں کو مستجاب فرما. پھر تماس کرتے ہیں تمام آدمی برادران کی دعائیں, وارثان کی دعائیں, بانیان کی دعائیں, سب کو مالک دو جہان صاحب کی دعاؤں کو پورا فرما. لکی بھائی جن کے بارے میں کہہ رہے ہیں حیدر شاہ صاحب, مالک دو جہان اولاد, مالک اچھا حیدر و علی, مالک دو جہان اسیران کربلا کا واسطہ ہے, مالک حیدر اور علی کو جلد سے جلد رہائی نصیب فرما. مالک دو جہان محمد و آل محمد کا صدقہ ہماری دعاؤں کو مستجاب فرما. ربنا تقبل منا انک انت السمیع العلیم. آمین 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 یا رب العالمین. رب صلی علی محمد و آل محمد. اب علی رحمت اللہ بحور علی لعنت اللہ اے شما. اور یہ بڑی ہے نا ساتھ میں اور یہ بڑی ہے.